यू स्टैंड अप। हाँ जी स्टैंड अप। अरे वो जो अच्छा अच्छा हाँ जी। व्हाट इज योर फादर्स नेम? बिगिन इंग्लिश। आई से व्हाट इज योर फादर्स नेम? हाँ जी हाँ जी सही कहना जी। ਇਹ ਜੇ ਕਰੀ ਹੋਈ ਮੈਂ ਡੈਡੀ ਨਾਲ ਮੈਂ ਡੈਡੀ ਨੇ ਬੜਾ ਕੁੱਟਿਆ ਇਹਨਾਂ ਨੂੰ ਫੜ ਕੇ। ਉਹ ਮੈਂ ਤੇਰੇ ਪਿਓ ਦਾ ਨਾਮ ਪੁੱਛਣਾ, ਇੰਗਲਿਸ਼ 'ਚ ਦੱਸ। ਅੱਛਾ ਜੀ ਡੈਡੀ ਦਾ ਨਾਮ ਇੰਗਲਿਸ਼ 'ਚ ਦੱਸਣਾ ਜੀ। ਅੱਛਾ ਜੀ ਮਾਈ ਫਾਦਰ ਨੇਮ ਇਜ ਆਪਣਾ ਬਿਊਟੀਫੁਲ ਰੈਡ ਅੰਡਰਵੀਅਰ। ਤੁਸੀਂ ਕੀ ਬਕਵਾਸ ਕਰ ਰਹੇ ਹੈ? ਬਕਵਾਸ ਥੋੜ੍ਹੀ ਕਰਦਾ ਜੀ, ਵੈਸੇ ਸੁੰਦਰ ਲਾਲ ਚੱਢਾ ਜੀ, ਤੁਸੀਂ ਕਿ ਅੰਗਰੇਜ਼ੀ ਦੱਸ ਮੈਂ ਦੱਸਤਾ ਜੀ। ਉਹ ਕਾਕਾ ਆਪਣੇ ਪਿਓ ਦਾ ਨਾਮ ਇੱਦਾਂ ਨਹੀਂ ਲਈਦਾ। ਫਿਰ ਕਿੱਦਾਂ ਲਈਦਾ? ਆਪਣੇ ਪਾਪਿਆ ਜੀ ਦਾ ਨਾਮ। ਤੁਸੀਂ ਇਹੋ ਜਿਹਾ ਕੋਈ ਕੰਮ ਕਰੋ, ਪੜ੍ਹ ਲਿਖ ਕੇ ਅੱਗੇ ਵਧੋ ਤਾਂ ਕਿ ਉਹਨਾਂ ਦਾ ਨਾਮ ਰੋਸ਼ਨ ਹੋਵੇ। ਰਾਤੀ ਮੈਂ ਰੋਸ਼ਨ ਕੀਤਾ ਜੀ ਆਪਣੇ ਪਿਓ ਦਾ ਨਾਮ। ਉਹ ਕਿੱਦਾਂ? ਮੈਂ ਰਾਤੀ ਜੀ 100 ਵਾਟ ਦਾ ਬਲਬ ਲੈ ਕੇ ਆਇਆ ਜੀ। 100 ਵਾਟ ਦਾ ਬਲਬ ਲੈ ਕੇ ਮੈਂ ਉਹਦੇ 'ਤੇ ਆਪਣੇ ਪਿਓ ਦਾ ਨਾਮ ਲਿਖਿਆ। ਨਾਮ ਲਿਖ ਕੇ ਮੈਂ ਜਦੋਂ ਜਗਾਇਆ ਨਾ ਘਰ ਜਾ ਕੇ, ਮੇਰੇ ਪਿਓ ਦਾ ਨਾਮ ਰੋਸ਼ਨ ਹੋ ਗਿਆ ਜੀ। ਉਹ ਕਾਕਾ ਉਹ ਬੱਚਿਓ ਤੁਸੀਂ ਸਮਝੇ ਨਹੀਂ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਤੁਸੀਂ ਕੋਈ ਇਸ ਤਰ੍ਹਾਂ ਦਾ ਕੰਮ ਕਰੋ ਕਿ ਜਿਹਦੇ ਨਾਲ ਤੁਹਾਡੇ ਪਾਪਾ ਜੀ ਦਾ, ਤੁਹਾਡੇ ਘਰਦਿਆਂ ਦਾ ਨਾਮ ਉੱਚਾ ਹੋਵੇ। ਹਾਂਜੀ ਸਰ ਜੀ, ਐਦਾਂ ਕਰੋ, ਬਲਬ ਨੂੰ ਥੋੜਾ ਉੱਚਾ ਕਰਕੇ ਲਾ ਲਓ, ਨਾਮ ਵੀ ਉੱਚਾ ਹੋ ਜਾਵੇ। ਸਮਝੇ ਨਹੀਂ? ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਕੋਈ ਇਸ ਤਰ੍ਹਾਂ ਦਾ ਕੰਮ ਕਰੋ ਜਿਹਦੇ ਨਾਲ ਤੁਹਾਡੇ ਪਾਪਾ ਜੀ ਦਾ ਸਿਰ ਉੱਚਾ ਹੋ ਜਾਵੇ। ਉੱਚਾ ਹੋ ਜਾਵੇ ਜੀ, ਇਹ ਵੀ ਕੀਤਾ ਜੀ ਮੈਂ ਰਾਤੀ। ਓਹ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਥੈਂਕ ਯੂ ਜੀ। ਕਿਸ ਤਰ੍ਹਾਂ? ਰਾਤੀ ਜੀ ਮੇਰਾ ਨਾ ਜੀ ਪਾਪੂ ਸੁੱਤਾ ਪਿਆ ਸੀ ਜੀ ਵਿਹੜੇ 'ਚ, ਉਹਨੇ ਸਿਰਹਾਣਾ ਲਿਆ ਨਹੀਂ ਸੀ ਜੀ, ਮੈਂ 2 ਸਿਰਹਾਣੇ ਲਿਜਾ ਕੇ ਆਪਣੇ ਬਾਪੂ ਦੇ ਸਿਰ ਥੱਲੇ ਦੇ ਦਿੱਤੇ, ਆਪੇ ਉੱਚਾ ਹੋ ਗਿਆ।